ਇਹ ਬਹੁਤ ਵਧੀਆ ਜੀ ਇਹਨਾਂ ਪੁਲਿਸ ਵੱਲੋਂ ਜਿਹੜਾ ਇਹ ਪਟਾਕੇ ਪਾਉਂਦੇ ਮਰੀਜ਼ ਜਾਂ ਕੋਈ ਇੱਕਦਮ ਦਹਿਲ ਕੇ ਹਾਰਟ ਅਟੈਕ ਹੋ ਜਾਂਦਾ, ਇਹ ਬਹੁਤ ਵਧੀਆ ਜੋ ਪੁਲਿਸ ਕਰ ਰਹੀ ਹੈ ਬਹੁਤ ਵਧੀਆ ਕਰ ਰਹੀ ਹੈ, ਹੋਣਾ ਵੀ ਚਾਹੀਦਾ ਜੀ, ਬਹੁਤ ਹੁੱਲੜਬਾਜ਼ੀ ਕਰ ਰਹੇ ਨੇ ਬੱਚੇ, ਇਹਨਾਂ ਨੂੰ ਰੋਕਣਾ ਚਾਹੀਦਾ, ਨਾ ਥਪਾਉਣੀ ਚਾਹੀਦੀ ਹੈ ਇਹਨਾਂ ਨੂੰ, ਲੱਗਦਾ ਮਾਂ ਬਾਪ ਦੀ ਰਿਸਪੋਂਸੀਬਿਲਟੀ ਉਹਨਾਂ ਨੂੰ ਤਾਂ ਪਤਾ, ਮਾਂ ਬਾਪ ਬੱਚਿਆਂ ਨੂੰ ਰੋਕਦੇ ਨਹੀਂ ਹੈਗੇ ਜੀ, ਦੇਖੋ ਲਾਇਸੈਂਸ ਨਹੀਂ ਬੱਚਿਆਂ ਕੋਲ ਹੁੰਦੇ, ਉਹਨਾਂ ਨੂੰ ਮੋਟਰਸਾਈਕਲ ਫੜਾ ਦਿੰਦੇ ਨੇ, ਛੋਟੀ ਉਮਰ 'ਚ ਫੜਾ ਦਿੰਦੇ, ਫਿਰ ਉਹ ਹੱਸਦੇ ਹੁੰਦੇ ਨੇ, ਮਤਲਬ ਐਕਸੀਡੈਂਟ ਹੁੰਦੇ ਨੇ, ਇਹ ਬਹੁਤ ਗਲਤ ਹੈ ਜੀ, ਇਹਨੂੰ ਰੋਕਣਾ ਚਾਹੀਦਾ, ਪੁਲਿਸ ਦਾ ਬਹੁਤ ਵਧੀਆ ਕਦਮ ਹੈ ਜੋ ਰੋਕ ਰਹੀ ਹੈ ਇਹਨਾਂ ਨੂੰ। ਕਿਸ ਤਰ੍ਹਾਂ ਦੇਖਦੇ ਹੋ ਜੋ ਅੱਜ ਚਲਾਣ ਹੋਏ ਨੇ ਜੇ ਬੁਲਟ ਦੇ ਮੋਟਰਸਾਈਕਲ ਪਟਾਕੇ ਵਜਾਉਣ ਦੇ, ਤਾਂ ਜ਼ਿਆਦਾਤਰ ਲੋਕ ਕਾਫੀ ਪਰੇਸ਼ਾਨ ਸੀ? ਅੱਜ ਅਸੀਂ ਪਟਿਆਲਾ ਗੇਟ ਨਾਭਾ ਵਿਖੇ ਜਿਹੜੇ ਬੱਚੇ ਬੋਲਟ ਮੋਟਰਸਾਈਕਲਾਂ ਦੇ ਪਟਾਕੇ ਮਾਰਦੇ ਸੀ ਉਹਨਾਂ ਦੇ ਵੱਧ ਤੋਂ ਵੱਧ ਚਲਾਣ ਕੀਤੇ ਹੈ ਅਤੇ ਮੋਟਰਸਾਈਕਲ ਨੂੰ ਬਾਉਂਡ ਵੀ ਕੀਤਾ। ਮੈਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਆਪਣੇ ਜਿਹੜੇ ਬੱਚੇ ਨੇ ਉਹਨਾਂ ਨੂੰ ਜਿਹੜੇ ਪਟਾਕੇ ਮਾਰਦੇ ਨੇ ਮੋਟਰਸਾਈਕਲ ਨਾ ਦਿਉ, ਅਤੇ ਉਹਨਾਂ ਦਾ ਜਦੋਂ ਲਾਇਸੈਂਸ ਬਣਦਾ ਤਾਂ ਹੀ ਮੋਟਰਸਾਈਕਲ ਦਿਉ ਉਹਨਾਂ ਨੂੰ। ਕੀ ਲੱਗਦਾ ਇਹਦੇ ਨਾਲ ਕਾਫੀ ਜਿਹੜੇ ਹੈਗੇ ਜਾਨ ਨੂੰ ਵੀ ਖਤਰਾ, ਜਿਵੇਂ ਇੱਕਦਮ ਕੋਈ ਹਾਰਟ ਦਾ ਪੇਸ਼ੈਂਟ ਹੁੰਦਾ, ਅਟੈਕ ਵੀ ਆ ਜਾਂਦਾ, ਵਿੱਚ ਘਟਨਾਵਾਂ ਦੇਖਣ ਨੂੰ ਮਿਲੀਆਂ ਨੇ ਇਸ ਤਰ੍ਹਾਂ ਦੀਆਂ? ਹਾਂਜੀ ਹਾਂਜੀ, ਬੱਚਿਆਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ, ਕਿਉਂਕਿ ਜਿਹੜਾ ਮਰੀਜ਼ ਹੈ ਉਹਨੂੰ ਅਟੈਕ ਵੀ ਆ ਸਕਦਾ ਅਤੇ ਗਲਤ ਗੱਲ ਹੈ। ਜਿਹੜੇ ਹੈਗੇ ਹੁਣ ਕਿੰਨੇ ਬਾਉਂਡ ਕੀਤੇ ਨੇ ਮੋਟਰਸਾਈਕਲ ਜਿਹੜੇ? ਹਾਂਜੀ, ਅੱਜ ਅਸੀਂ 2 ਮੋਟਰਸਾਈਕਲ ਬਾਉਂਡ ਕੀਤੇ ਹਨ ਅਤੇ 10 ਚਲਾਣ ਕੀਤੇ ਹੈ ਜੀ। ਅਸੀਂ ਵੱਧ ਤੋਂ ਵੱਧ ਰੂਟੀਨ 'ਚ ਚਲਾਣ ਕਰਾਂਗੇ ਅਤੇ ਡੇਲੀ ਇੱਥੇ ਗੇੜਾ ਰੱਖਾਂਗੇ ਤਾਂ ਕਿ ਹੁੱਲੜਬਾਜ਼ੀ ਨਾ ਕਰਨ। ਜਿਹੜੇ ਹੁਣ ਜਿਹੜੇ ਮੋਟਰਸਾਈਕਲ ਬਾਉਂਡ ਵੀ ਕੀਤੇ ਗਏ? ਹਾਂਜੀ ਹਾਂਜੀ, 2 ਮੋਟਰਸਾਈਕਲ ਬਾਉਂਡ। ਇਹ ਬਹੁਤ ਵਧੀਆ ਜੀ ਇਹਨਾਂ ਪੁਲਿਸ ਵੱਲੋਂ ਜਿਹੜਾ ਇਹ ਪਟਾਕੇ ਪਾਉਂਦੇ ਮਰੀਜ਼ ਜਾਂ ਕੋਈ ਇੱਕਦਮ ਦਹਿਲ ਕੇ ਹਾਰਟ ਅਟੈਕ ਹੋ ਜਾਂਦਾ, ਇਹ ਬਹੁਤ ਵਧੀਆ ਜੋ ਪੁਲਿਸ ਕਰ ਰਹੀ ਹੈ ਬਹੁਤ ਵਧੀਆ ਕਰ ਰਹੀ ਹੈ, ਹੋਣਾ ਵੀ ਚਾਹੀਦਾ ਜੀ, ਬਹੁਤ ਹੁੱਲੜਬਾਜ਼ੀ ਕਰ ਰਹੇ ਨੇ ਬੱਚੇ, ਇਹਨਾਂ ਨੂੰ ਰੋਕਣਾ ਚਾਹੀਦਾ, ਨਾ ਥਪਾਉਣੀ ਚਾਹੀਦੀ ਹੈ ਇਹਨਾਂ ਨੂੰ, ਲੱਗਦਾ ਮਾਂ ਬਾਪ ਦੀ ਰਿਸਪੋਂਸੀਬਿਲਟੀ ਉਹਨਾਂ ਨੂੰ ਤਾਂ ਪਤਾ। ਮਾਂ ਬਾਪ ਬੱਚਿਆਂ ਨੂੰ ਰੋਕਦੇ ਨਹੀਂ ਹੈਗੇ ਜੀ, ਦੇਖੋ ਲਾਇਸੈਂਸ ਨਹੀਂ ਬੱਚਿਆਂ ਕੋਲ ਹੁੰਦੇ, ਉਹਨਾਂ ਨੂੰ ਮੋਟਰਸਾਈਕਲ ਫੜਾ ਦਿੰਦੇ ਨੇ, ਛੋਟੀ ਉਮਰ 'ਚ ਫੜਾ ਦਿੰਦੇ, ਫਿਰ ਉਹ ਹੱਸਦੇ ਹੁੰਦੇ ਨੇ, ਮਤਲਬ ਐਕਸੀਡੈਂਟ ਹੁੰਦੇ ਨੇ, ਇਹ ਬਹੁਤ ਗਲਤ ਹੈ ਜੀ, ਇਹਨੂੰ ਰੋਕਣਾ ਚਾਹੀਦਾ, ਪੁਲਿਸ ਦਾ ਬਹੁਤ ਵਧੀਆ ਕਦਮ ਹੈ ਜੋ ਰੋਕ ਰਹੀ ਹੈ ਇਹਨਾਂ ਨੂੰ। ਕਿਸ ਤਰ੍ਹਾਂ ਦੇਖਦੇ ਹੋ ਜੋ ਅੱਜ ਚਲਾਣ ਹੋਏ ਨੇ ਜੇ ਬੁਲਟ ਦੇ ਮੋਟਰਸਾਈਕਲ ਪਟਾਕੇ ਵਜਾਉਣ ਦੇ, ਤਾਂ ਜ਼ਿਆਦਾਤਰ ਲੋਕ ਕਾਫੀ ਪਰੇਸ਼ਾਨ ਸੀ? ਅੱਜ ਅਸੀਂ ਪਟਿਆਲਾ ਗੇਟ ਨਾਭਾ ਵਿਖੇ ਜਿਹੜੇ ਬੱਚੇ ਬੋਲਟ ਮੋਟਰਸਾਈਕਲਾਂ ਦੇ ਪਟਾਕੇ ਮਾਰਦੇ ਸੀ ਉਹਨਾਂ ਦੇ ਵੱਧ ਤੋਂ ਵੱਧ ਚਲਾਣ ਕੀਤੇ ਹੈ ਅਤੇ ਮੋਟਰਸਾਈਕਲ ਨੂੰ ਬਾਉਂਡ ਵੀ ਕੀਤਾ। ਮੈਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਆਪਣੇ ਜਿਹੜੇ ਬੱਚੇ ਨੇ ਉਹਨਾਂ ਨੂੰ ਜਿਹੜੇ ਪਟਾਕੇ ਮਾਰਦੇ ਨੇ ਮੋਟਰਸਾਈਕਲ ਨਾ ਦਿਉ, ਅਤੇ ਉਹਨਾਂ ਦਾ ਜਦੋਂ ਲਾਇਸੈਂਸ ਬਣਦਾ ਤਾਂ ਹੀ ਮੋਟਰਸਾਈਕਲ ਦਿਉ ਉਹਨਾਂ ਨੂੰ। ਕੀ ਲੱਗਦਾ ਇਹਦੇ ਨਾਲ ਕਾਫੀ ਜਿਹੜੇ ਹੈਗੇ ਜਾਨ ਨੂੰ ਵੀ ਖਤਰਾ, ਜਿਵੇਂ ਇੱਕਦਮ ਕੋਈ ਹਾਰਟ ਦਾ ਪੇਸ਼ੈਂਟ ਹੁੰਦਾ, ਅਟੈਕ ਵੀ ਆ ਜਾਂਦਾ, ਵਿੱਚ ਘਟਨਾਵਾਂ ਦੇਖਣ ਨੂੰ ਮਿਲੀਆਂ ਨੇ ਇਸ ਤਰ੍ਹਾਂ ਦੀਆਂ? ਹਾਂਜੀ ਹਾਂਜੀ, ਬੱਚਿਆਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ, ਕਿਉਂਕਿ ਜਿਹੜਾ ਮਰੀਜ਼ ਹੈ ਉਹਨੂੰ ਅਟੈਕ ਵੀ ਆ ਸਕਦਾ ਅਤੇ ਗਲਤ ਗੱਲ ਹੈ। ਜਿਹੜੇ ਹੈਗੇ ਹੁਣ ਕਿੰਨੇ ਬਾਉਂਡ ਕੀਤੇ ਨੇ ਮੋਟਰਸਾਈਕਲ ਜਿਹੜੇ? ਹਾਂਜੀ, ਅੱਜ ਅਸੀਂ 2 ਮੋਟਰਸਾਈਕਲ ਬਾਉਂਡ ਕੀਤੇ ਹਨ ਅਤੇ 10 ਚਲਾਣ ਕੀਤੇ ਹੈ ਜੀ। ਅਸੀਂ ਵੱਧ ਤੋਂ ਵੱਧ ਰੂਟੀਨ 'ਚ ਚਲਾਣ ਕਰਾਂਗੇ ਅਤੇ ਡੇਲੀ ਇੱਥੇ ਗੇੜਾ ਰੱਖਾਂਗੇ ਤਾਂ ਕਿ ਹੁੱਲੜਬਾਜ਼ੀ ਨਾ ਕਰਨ। ਜਿਹੜੇ ਹੁਣ ਜਿਹੜੇ ਮੋਟਰਸਾਈਕਲ ਬਾਉਂਡ ਵੀ ਕੀਤੇ ਗਏ? ਹਾਂਜੀ ਹਾਂਜੀ, 2 ਮੋਟਰਸਾਈਕਲ ਬਾਉਂਡ।